गुड मॉर्निंग स्टूडेंट बेटा जी आज ऐसे ਕਰਾਂਗੇ चैप्टर 1 नेचर एंड सिग्निफिकेंस ऑफ मैनेजमेंट ਦੇ オਬਜੈਕਟਿਵ ਟਾਈ ਕੁਐਸਚਨ ਆਨਸਰ ਜਿਹਦੇ ਵਿੱਚ ਤੁਹਾਨੂੰ 1سٹੈਂਡ 1 ਵਰਡ ਐਮਸੀਕਿਊ ਫਿਲ ਅਪ ਟੂ ਐਂਡ ਫੋਰ ਆਣਗੇ ਜਿਹੜੇ ਕਿ ਤੁਹਾਨੂੰ 30 ਮਾਰਕਸ ਦੇ ਆਣ ਵਾਲੇ ਨੇ ਹਟ ਪਹਿਲੇ ਲੈਸਨ ਜਿਹੜਾ ਫਰਸਟ ਲੈਸਨ ਆ ਉਹਦਾ ਫਰਸਟ ਕੁਐਸਚਨ ਹੈ ਕਹਿੰਦੇ ਕਿ ਵਟ ਇਜ਼ ਮੈਨੇਜਮੈਂਟ ਮੈਨੇਜਮੈਂਟ ਕੀ ਹੈਗੀ ਆ ਹਰ ਅਨਸਰ ਕੀ ਹੈ ਕਹਿੰਦੇ ਕਿ ਦਾ ਆਰਟ ਆਫ ਗੇਟਿੰਗ ਥਿੰਗਸ ਡਨ ਥਰੂ ਅਦਰ ਇਜ਼ ਕਾਲਡ ਮੈਨੇਜਮੈਂਟ ਕਹਿੰਦੇ ਕਿ ਦੂਜਿਆਂ ਰਾਹੀਂ ਕੰਮ ਕਰਨ ਦੀ ਕਲਾ ਨੂੰ ਮੈਨੇਜਮੈਂਟ ਕਿਹਾ ਜਾਂਦਾ ਹੈ ਫਿਰ ਕਹਿੰਦਾ ਕਿ ਵਾਟ ਇਜ਼ ਮੈਨੇਜਮੈਂਟ ਐਜ਼ ਅ ਨਾਉਨ ਐਜ਼ ਅ ਨਾਉਨ ਮੈਨੇਜਮੈਂਟ ਕੀ ਹੈਗੀ ਹੈ ਹਰ ਅਨਸਰ ਹੈ ਇਟ ਰੈਫਰ ਟੂ 올 ਦੋਸ ਪਰਸਨ ਹੂ ਆਰ ਇਨਵੋਲਡ ਇਨ ਦਾ ਗੇਟਿੰਗ ਥਿੰਗਸ ਡਨ ਥਰੂ ਅਦਰਸ ਕਹਿੰਦੇ ਕਿ ਇਹ ਉਹਨਾਂ ਸਾਰੇ ਵਿਅਕਤੀਆਂ ਨੂੰ ਦਰਸਉਂਦੀ ਦਰਸਾਉਂਦਾ ਹੈ ਜੋ ਦੂਜਿਆਂ ਦੁਬਾਰਾ ਕੰਮ ਕਰਾਉਣ ਵਿੱਚ ਸ਼ਾਮਲ ਹੁੰਦੇ ਹਨ ਫਿਰ ਕਹਿੰਦੇ ਕਿ ਵਾਟ ਇਜ਼ ਮੈਨੇਜਮੈਂਟ ਐਜ਼ ਅ ਪ੍ਰੋਸੈਸ ਐਜ਼ ਅ ਪ੍ਰੋਸੈਸ ਜਿਹੜਾ ਪ੍ਰਕਿਰਿਆ ਹੈ ਉਹਦੇ ਵੱਜੂ ਮੈਨੇਜਮੈਂਟ ਕੀ ਹੈ ਹਾਡ ਅਨਸਰ ਐਜ਼ ਅ ਪ੍ਰੋਸੈਸ ਮੈਨੇਜਮੈਂਟ ਰੈਫਰ ਟੂ ਵੇਰੀਅਸ ਫੰਕਸ਼ਨ ਪਰਫਾਰਮਡ ਬਾਈ ਦਾ ਮੈਨੇਜਰ ਕਹਿੰਦੇ ਕਿ ਇਹ ਪ੍ਰਕਿਰਿਆ ਦੇ ਰੂਪ ਵਿੱਚ ਪ੍ਰਬੰਧਕ ਜਿਹੜਾ ਮੈਨੇਜਮੈਂਟ ਹੈ ਜਾਂ ਮੈਨੇਜਰ ਹੈ ਉਹਦੇ ਦੁਆਰਾ ਕੀਤੇ ਗਏ ਵੱਖ-ਵੱਖ ਕਾਰਜਾਂ ਨੂੰ ਦਰਸਾਉਂਦਾ ਹੈ ਫਿਰ ਸਾਡਾ ਆ ਜਾਂਦਾ ਕਿ ਵਟ ਇਜ਼ ਮੈਨੇਜਮੈਂਟ ਐਜ਼ ਅ ਗਰੁੱਪ ਕਹਿੰਦੇ ਕਿ ਐਜ਼ ਅ ਗਰੁੱਪ ਮੈਨੇਜਮੈਂਟ ਰੈਫਰ ਟੂ ਦਾ ਗਰੁੱਪ ਆਫ 올 ਸੱਚ ਪਰਸਨ who are involved in the managery activities ਕਹਿੰਦੇ ਕਿ ਇੱਕ ਜਿਹੜਾ ਹੈਗਾ ਵਾ ਇੱਕ ਸਮੂਹ ਦੇ ਵਜੂ ਜਿਹੜਾ ਹੈਗਾ ਮੈਂ ਜਿਹੜਾ ਮੈਨੇਜਮੈਂਟ ਹੈ ਇਹ ਜਿਹੇ ਸਾਰੇ ਵਿਅਕਤੀਆਂ ਦੇ ਸਮੂਹਾਂ ਨੂੰ ਦਸਾਉਂਦਾ ਹੈ ਜੋ ਇਸ ਦੇ ਪ੍ਰਬੰਧਕੀ ਕਾਰਵਾਈਆਂ ਦੇ ਵਿੱਚ ਜਿਹੜਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਫਿਰ ਕਹਿੰਦੇ ਨੇ ਕਿ ਗਿਵ ਐਨੀ ਟੂ ਕੈਰੈਕਟਰ ਸਕੇਚ ਆਫ ਮੈਨੇਜਮੈਂਟ ਹੁਣ ਇਹਦੇ ਆ ਦੋ ਵਿਸ਼ੇਸ਼ਤਾਵਾਂ ਦੱਸਣੀਆਂ ਹੈ ਹਾਂ ਤਾਂ ਪਹਿਲਾ ਸਭ ਤੋਂ ਹੈਗਾ ਕਿ ਮੈਨੇਜਮੈਂਟ ਇਜ਼ ਆਬਜੈਕਟਿਵ ਓਰੀਐਂਟਡ ਪ੍ਰੋਸੈਸ ਕਹਿੰਦੇ ਕਿ ਮੈਨੇਜਮੈਂਟ ਇੱਕ ਜਿਹੜਾ ਉਦੇਸ਼ ਮੁਖੀ ਕਿਰਿਆ ਹੈ ਠੀਕ ਹੈ ਮੈਨੇਜਮੈਂਟ ਇਜ਼ ਅ ਮਲਟੀ ਮਲਟੀ ਡਾਈਮੈਂਸ਼ਨਲਰ ਕਹਿੰਦੇ ਕਿ ਇਹ ਇੱਕ ਬਹੁਯਾਮੀ ਕਿਰਿਆ ਹੈਗੀ ਹੈ ਫਿਰ ਇਹਨੂੰ ਬਿਲਕੁਲ ਰੱਬ ਕਰ ਲੈਂਦੇ ਫਿਰ ਅਗਲੇ ਅਸੀਂ ਕੁਐਸਚਨ ਪੜ੍ਹਦੇ ਹਾਂ ਠੀਕ ਹੈ ਬੇਟਾ ਇਹ ਬਹੁਤ ਹੀ ਇੰਪੋਰਟੈਂਟ ਨੇ ਕੁਐਸਚਨ ਆਨਸਰ ਕਿਉਂਕਿ ਮੋਸਟਲੀ ਇਹ ਜਿਹੜੇ ਆ ਜਾਂਦੇ ਤੁਸੀਂ ਨਾਲ-ਨਾਲ ਕਰੋਗੇ ਤਾਂ ਫਿਰ ਕੋਈ ਵੀ ਉਹ ਨਹੀਂ ਹੋਏਗਾ ਤੁਹਾਡਾ ਕੋ ਮਿਸਟੇਕ ਨਹੀਂ ਹੋਏਗੀ ਠੀਕ ਹੈ ਹਾਂ ਬਾਕੀ ਇਹਦਾ ਹੈਗਾ 6th ਕੁਐਸਚਨ ਕਹਿੰਦੇ ਕਿ ਮੈਨੇਜਮੈਂਟ ਇਜ਼ ਯੂਨੀਵਰਸਲ ਇਹਦਾ ਇਹਦਾ ਕੀ ਮਤਲਬ ਹੈ ਤੁਹਾਡਾ ਆਨਸਰ ਕੀ ਹੈ ਕਹਿੰਦਾ ਕਿ ਇਟ ਮੀਨ ਥੈਟ ਮੈਨੇਜਮੈਂਟ ਇਜ਼ ਅ ਯੂਨੀਵਰਸਲ ਯੂਨੀਵਰਸਲ ਫੀਨੋਮਨਨ ਕਹਿੰਦਾ ਕਿ ਇਹਦਾ ਅਰਥ ਹੈ ਕਿ ਮੈਨੇਜਮੈਂਟ ਸਰਵ ਵਿਆਪਕ ਹੈ ਭਾਵ ਹੈ ਕਿ ਹਰ ਸੰਸਥਾ ਦੇ ਵਿੱਚ ਜਿਹੜੀ ਮੈਨੇਜਮੈਂਟ ਮੌਜੂਦ ਹੁੰਦੀ ਹੈ ਫਿਰ ਕਹਿੰਦਾ ਕਿ ਵਾਈ ਇਜ਼ ਮੈਨੇਜਮੈਂਟ ਕਾਲਡ ਅ ਕੰਟੀਨਿਊ ਪ੍ਰੋਸੈਸ ਹੁਣ ਅਸੀਂ ਮੈਨੇਜਮੈਂਟ ਨੂੰ ਲਗਾਤਾਰ ਚੱਲਣ ਵਾਲਾ ਪ੍ਰੋਸੈਸ ਕਿਉਂ ਕਹਿੰਦੇ ਹਾਂ ਤੁਹਾਡਾ ਆਨਸਰ ਕੀ ਹੋਏਗਾ ਕਹਿੰਦੇ ਨੇ ਕਿ बिकॉज ऑल ਮੈਨੇਜਰੀ ਫੰਕਸ਼ਨ ਆਰ اور ਮੈਨੇਜਰੀ ਫੰਕਸ਼ਨ ਆਰ ਪਰਫਾਰਮਡ ਕੰਟੀਨਿਊਸਲੀ ਕਹਿੰਦੇ ਕਿ ਇਹ ਕਿਉਂਕਿ ਕਿਉਂ ਕਿਹਾ ਜਾਂਦਾ ਹੈ ਕੰਟੀਨਿਊਅਲ ਪ੍ਰੋਸੈਸ ਕਿਉਂਕਿ ਸਾਰੇ ਪ੍ਰਬੰਧਕੀ ਕਾਰਜ ਜਿਹੜੇ ਲਗਾਤਾਰ ਚੱਲਦੇ ਰਹਿੰਦੇ ਹਨ ਫਿਰ ਕਹਿੰਦੇ ਸਟੇਜ ਐਨੀ ਟੂ ਪੁਆਇੰਟ ਆਫ ਇੰਪੋਰਟੈਂਸ ਮੈਨੇਜਮੈਂਟ ਇਹਦੇ ਵਿੱਚ ਕਿਹੜੇ ਹੈਗੇ ਇਟ ਹੈਲਪ ਇਟ ਆਪਟੀਮਮ ਯੂਟਿਲ ਯੂਟਿਲਾਈਜੇਸ਼ਨ ਆਫ ਰਿਸੋਰਸ ਸਭ ਤੋਂ ਪਹਿਲਾਂ ਕਿ ਇਹ ਸਰੋਤਾਂ ਦੀ ਜਿਹੜੀ ਅ ਅੱਛੀ ਵਰਤੋਂ ਕਰਦਾ ਹੈ ਮਤਲਬ ਸਵਰ ਉਤਮ ਵਰਤੋਂ ਕਰਦਾ ਹੈ ਇਟ ਹੈਲਪ ਇਨ ਅਚੀਵਿੰਗ ਆਬਜੈਕਟਿਵ ਆਫ ਦਾ ਆਰਗੇਨਾਈਜੇਸ਼ਨ ਤੇ ਇਹ ਜਿਹੜੀ ਮੈਨੇਜਮੈਂਟ ਹੈ ਸਾਡੇ ਉਦੇਸ਼ ਜੇ ਕਿਸੇ ਵੀ ਸੰਸਥਾ ਦਾ ਜਿਹੜਾ ਉਦੇਸ਼ ਆ ਉਹ ਪ੍ਰਾਪਤ ਕਰਨ ਵਿੱਚ ਹੈਲਪ ਕਰਦੀ ਹੈ ਫਿਰ ਸਾਡਾ ਜਿਹੜਾ ਆ ਜਾਂਦਾ ਹੈ ਨਾਇੰਥ ਕੁਐਸਚਨ ਉਹ ਹੈਗਾ ਇਸ ਤਰ੍ਹਾਂ ਕਹਿੰਦੇ ਨੇ ਕਿ ਵਟ ਇਜ਼ ਮੈਨੇਜਮੈਂਟ ਐਜ਼ ਅ ਡਿਸਪਲਨ ਇੱਕ ਅਨੁਸ਼ਾਸਨ ਦੇ ਵਜੋਂ ਮੈਨੇਜਮੈਂਟ ਕੀ ਹੈ ਕਹਿੰਦਾ ਕਿ ਐਜ਼ ਅ ਡਿਸਪਲਨ ਮੈਨੇਜ ਐਜ਼ ਅ ਡਿਸਪਲਨ ਮੈਨੇਜਮੈਂਟ ਇਜ਼ ਆਲਸੋ ਅ ਸਬਜੈਕਟ ਆਫ ਨੋਲਿਜ ਲਾਈਕ ਦਾ ਅਦਰਸ ਅਦਰ ਸਬਜੈਕਟ ਕਹਿੰਦੇ ਕਿ ਅਨੁਸ਼ਾਸਨ ਵਜੋਂ ਜਿਹੜਾ ਮੈਨੇਜਮੈਂਟ ਉਹ ਸਾਰੇ ਵਿਸ਼ਿਆਂ ਦੇ ਵਾਂਗ ਹੀ ਹੈ ਜੋ ਕਿ ਗਿਆਨ ਦੇ ਵਿਸ਼ੇ ਹੁੰਦੇ ਹਨ ਠੀਕ ਹੈ ਮੈਨੇਜਮੈਂਟ ਨੂੰ ਅਸੀਂ ਕੀ ਕਹਾਂਗੇ ਇੱਕ ਗਿਆਨ ਦਾ ਵਿਸ਼ਾ ਵੀ ਅਨੁਸ਼ਾਸਨ ਦਾ ਵਿਸ਼ਾ ਵੀ ਕਹਿ ਸਕਦੇ ਆ ਹੈ ਹੋਏਗਾ ਉਨ ਸ਼ਾਸਨ ਦਾ ਵਿਸ਼ਾ ਵੀ ਹੈਗਾ ਕਹਿੰਦੇ ਕਿ ਵਟ ਇਜ਼ ਮੈਨੇਜਮੈਂਟ ਐਜ਼ ਐਜ਼ ਐਨ ਆਰਟ ਕਹਿੰਦੇ ਕਿ ਇੱਕ ਆਰਟ ਦੇ ਵੱਜੋਂ ਮੈਨੇਜਮੈਂਟ ਕੀ ਹੈ ਹਾ ਅਨਸਰ ਐਜ਼ ਐਨ ਆਰਟ ਮੈਨੇਜਮੈਂਟ ਇਜ਼ ਦਾ ਸਿਸਟਮੈਟਿਕ ਐਪਲੀਕੇਸ਼ਨ ਆਫ ਨੋਲਜ ਆਫ ਅਚੀਵਿੰਗ ਡਿਜ਼ਾਇਰ ਆਬਜੈਕਟਿਵ ਕਹਿੰਦੇ ਕਿ ਇੱਕ ਕਲਾ ਦੇ ਵੱਜੋਂ ਜਿਹੜਾ ਮੈਨੇਜਮੈਂਟ ਹੈ ਉਹ ਲੋਡਿੰਗ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਗਿਆਨ ਦੀ ਯੋਜਨਾਬੰਦ ਵਰਤੋ ਹੈ ਠੀਕ ਹੈ ਗਿਆਨ ਦੀ ਕੀ ਇੱਕ ਯੋਜਨਾਬੰਦ ਵਰਤੋ ਹੈ ਸਾਡਾ 11 ਨੰਬਰ ਤੇ ਕੁਐਸਚਨ ਹੈ ਕਹਿੰਦੇ ਕਿ ਵਟ ਇਜ਼ ਮੈਨੇਜਮੈਂਟ ਐਜ਼ ਅ ਸਾਇੰਸ ਐਜ਼ ਅ ਸਾਇੰਸ ਮੈਨੇਜਮੈਂਟ ਕੀ ਹੈ ਸਾਡਾ ਆਨਸਰ ਹੈ ਐਜ਼ ਅ ਸਾਇੰਸ ਐਜ਼ ਅ ਸਾਇੰਸ ਮੈਨੇਜਮੈਂਟ ਇਜ਼ ਸਿਸਟਮੈਟਿਕ ਬੋਡੀ ਆਫ ਨੋਲਜ विच एस्टेब्लिश कॉज एंड इफेक्ट रिलेशनशिप बिटवीन कंप्लैक्स फोनिमा फिनोमिना ਕਹਿੰਦੇ ਕਿ ਐਜ਼ ਅ ਵਿਗਿਆਨ ਇੱਕ ਜਿਹੜਾ ਹੈਗਾ ਬਿਜ਼ਨਸ ਇਹ ਪੂਰੇ ਇੱਕ ਨੌਲੇਜ ਦਾ ਸ਼ਰੀਰ ਹੈ ਠੀਕ ਹੈ ਜੋ ਕਿ ਕਾਰਨ ਤੇ ਗੁੰਝਲਦਾਰ ਚੀਜ਼ਾਂ ਦੇ ਵਿਚਕਾਰ ਪ੍ਰਭਾਵ ਤੇ ਸਬੰਧ ਨੂੰ ਪੈਦਾ ਕਰਦਾ ਹੈ ਫਿਰ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ 12 ਇਹਦੇ ਵਿੱਚ ਹੈਗਾ ਕਹਿੰਦੇ ਕਿ ਵਿਚ ਆਬਜੈਕਟਿਵ ਆਫ ਮੈਨੇਜਮੈਂਟ ਕਵਰ ਦਾ ਆਬਜੈਕਟਿਵ ਆਫ ਗਰੋਥ ਐਂਡ ਪ੍ਰੋਸਪੈਰਿਟੀ ਆਫ ਆਰਗੇਨਾਈਜੇਸ਼ਨ ਕਹਿੰਦੇ ਕਿ ਉਹ ਮੈਨੇਜਮੈਂਟ ਦਾ ਉਹ ਕਿਹੜਾ ਉਦੇਸ਼ ਹੈ ਜਿਹੜਾ ਕਿ ਸੰਸਥਾ ਦਾ ਗਰੋਥ ਤੇ ਪ੍ਰੋਸਪੈਰਿਟੀ ਦੇ ਅੰਡਰ ਆਂਦਾ ਹੈ ਤੁਹਾਡਾ ਹੈਗਾ ਆਰਗੇਨਾਈਜੇਸ਼ਨਲ ਆਬਜੈਕਟਿਵ ਠੀਕ ਹੈ ਇਹਦੇ ਅੰਦਰ ਗਰੋਸ ਗਰੋਥ ਤੇ ਪ੍ਰੋਸਪੈਰਿਟੀ ਜਿਹੜਾ ਉਦੇਸ਼ ਪੂਰਾ ਕੀਤਾ ਜਾਂਦਾ ਹੈ ਫਿਰ ਸਾਡਾ ਹੈਗਾ ਕਹਿੰਦੇ ਕਿ ਵਿਚ ਆਬਜੈਕਟਿਵ ਆਫ ਮੈਨੇਜਮੈਂਟ ਕਵਰ ਦਾ ਆਬਜੈਕਟਿਵ ਆਫ ਸਪਲਾਈ ਆਫ ਕੁਆਲਿਟੀ ਗੁੱਡਸ ਐਟ ਰੀਜ਼ਨੇਬਲ ਪ੍ਰਾਈਸ ਹੁਣ ਕਹਿੰਦੇ ਕਿ ਮੈਨੇਜਮੈਂਟ ਸੰਸਥਾ ਦੇ ਵਿੱਚ ਜਿਹੜੀ ਮੈਨੇਜਮੈਂਟ ਆ ਉਹ ਕਿਸ ਉਦੇਸ਼ ਵਿੱਚ ਸਪਲਾਈ ਆਫ ਕੁਆਲਟੀ ਗoods ਟੂ ਅ ਰੀਜ਼ਨੇਬਲ ਪ੍ਰਾਈਸ ਦਾ ਜਿਹੜਾ ਉਹਦੇ ਤਹਿਤ ਉਦੇਸ਼ ਪੂਰਾ ਕੀਤਾ ਜਾਂਦਾ ਹੈ ਸਾਡਾਗਾ ਸੋਸ਼ਲ ਆਬਜੈਕਟਿਵ ਫਿਰ ਹਾਂ ਰਹਾਗਾ ਕਹਿੰਦਾ ਕਿ ਵਿਚ ਆਬਜੈਕਟਿਵ ਆਫ ਮੈਨੇਜਮੈਂਟ ਕਵਰ ਦਾ ਆਬਜੈਕਟਿਵ ਆਫ ਅਪਰੋਪਰੀਏਟ ਵਰਕਿੰਗ ਕੰਡੀਸ਼ਨ ਫੋਰ ਇਟ ਇਸ EMPLOYE ਇਹ ਕਿਸ ਅੰਦਰ ਉਦੇਸ਼ ਪੂਰਾ ਕੀਤਾ ਜਾਂਦਾ ਹੈ ਇਹ ਹੈਗਾ ਪਰਸਨਲ ਆਬਜੈਕਟਿਵ ਫਿਰ ਹਾਂ ਦਾ ਨੈਕਸਟ ਹੈ ਕਹਿੰਦੇ ਕਿ ਵਾਟ ਇਜ਼ ਸਾਈ ਵਾਟ ਇਜ਼ ਮੈਨੇਜਮੈਂਟ ਐਜ਼ ਅ profession ਕਹਿੰਦੇ ਕਿ ਕਿਤੇ ਵੱਜੂ ਜਿਹੜਾ ਮੈਨੇਜਮੈਂਟ ਹੈ ਉਹ ਕੀ ਹੈ ਇੱਕ ਐਜ਼ ਅ profession ਵੱਜੂ ਜਿਹੜਾ ਮੈਨੇਜਮੈਂਟ ਕੀ ਹੈਗਾ ਸਾਡਾ ਆਨਸਰ ਹੈ ਐਜ਼ ਅ profession ਮੈਨੇਜਮੈਂਟ ਇਜ਼ ਐਂਡ ਓਕਿਪੇਸ਼ਨ ਬੈਕਡ ਬਾਏ ਸਪੈਸ਼ਲਾਈਜ਼ ਨੌਲੇਜ ਐਂਡ ਟ੍ਰੇਨਿੰਗ ਕਹਿੰਦੇ ਨੇ ਕਿ ਇੱਕ ਪੇਸ਼ੇ ਦੇ ਵੱਜੋਂ ਜਿਹੜਾ ਮੈਨੇਜਮੈਂਟ ਹੈ ਇੱਕ ਕੀਤਾ ਹੈ ਜੋ ਕਿ ਵਿਸ਼ੇਸ਼ ਗਿਆਨ ਤੇ ਸਿਖਲਾਈ ਦੁਆਰਾ ਪੂਰਾ ਕੀਤਾ ਜਾਂਦਾ ਹੈ ਠੀਕ ਹੈ ਇਹਦਾ ਉਦੇਸ਼ ਕੀ ਹੈ ਵਿਸ਼ੇਸ਼ ਗਿਆਨ ਤੇ ਨੌਲੇਜ ਤੇ ਟ੍ਰੇਨਿੰਗ ਦੇਣਾ ਫਿਰ ਹੈਗਾ ਕਹਿੰਦੇ ਕਿ ਐਕਸਪਲੇਨ ਮੈਨੇਜਮੈਂਟ ਐਜ਼ ਐਨ ਅਮਲਗਮ ਆਫ ਸਾਇੰਸ ਐਂਡ ਆਰਟ ਕਹਿੰਦੇ ਕਿ ਇਸ ਚੀਜ਼ ਨੂੰ ਐਕਸਪਲੇਨ ਕਰੋ ਦੱਸੋ ਕਿ ਜਿਹੜਾ ਮੈਨੇਜਮੈਂਟ ਹੈ ਅਮੈਲਗਮ ਮਤਲਬ ਉਹ ਸੁਮੇਲ ਹੈਗਾ ਸਾਇੰਸ ਤੇ ਆਰਟ ਦਾ ਫਿਰ ਇਹਦੇ ਵਿੱਚ ਅਸੀਂ ਅਨਸਰ ਪੜਾਂਗੇ ਐਜ਼ ਅ ਸਾਇੰਸ ਮੈਨੇਜਮੈਂਟ ਇਜ਼ ਅ ਸਿਸਟੈਮਿਕ ਸਿਸਟਮੈਟਿਕ ਬੋਡੀ ਆਫ ਨੋਲਜ ਐਂਡ ਐਜ਼ ਐਨ ਆਰਟ ਇਟ ਇਜ਼ ਸਿਸਟੈਮੈਟਿਕ ਐਪਲੀਕੇਸ਼ਨ ਆਫ ਨੋਲਜ ਫॉर ਅਚੀਵਿੰਗ ਡਿਜ਼ਾਇਰ ਆਬਜੈਕਟਿਵ ਫਿਰ ਹਾਨੂੰ ਕਹਿੰਦੇ ਨੇ ਕਿ ਇੱਕ ਵਿਗਿਆਨ ਦੇ ਰੂਪ ਵਿੱਚ ਮੈਨੇਜਮੈਂਟ ਗਿਆਨ ਦੀ ਇੱਕ ਯੋਜਨਾਬੰਦ ਸੰਸਥਾ ਹੈ ਤੇ ਇੱਕ ਕਲਾ ਦੇ ਰੂਪ ਵਿੱਚ ਲੋੜਿੰਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਗਿਆਨ ਦੀ ਯੋਜਨਾਬੰਦ ਵਰਤੋਂ ਕੀਤੀ ਜਾਂਦੀ ਹੈ ਐਜ਼ ਅ ਆਰਟ ਦੇ ਵਿੱਚ ਠੀਕ ਹੈ ਫਿਰ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਹੈ ਇਹਦੇ ਵਿੱਚ ਅਸੀਂ ਲਿਖਾਂਗੇ ਕਹਿੰਦੇ ਕਿ ਨੇਮ ਦਾ ਲੈਵਲ ਆਫ ਮੈਨੇਜਮੈਂਟ ਇਹਦੇ ਵਿੱਚ ਕਿੰਨੇ ਹੁੰਦੇ ਨੇ ਸਭ ਤੋਂ ਪਹਿਲਾਂ ਹੈਗਾ ਟਾਪ ਲੈਵਲ ਮੈਨੇਜਮੈਂਟ ਮੀਡਲ অর ਲੋਅਰ ਲੈਵਲ ਮੈਨੇਜਮੈਂਟ ਤਿੰਨ ਹੁੰਦੇ ਨੇ ਠੀਕ ਹੈ ਹੁਣ ਇਹ ਕਹਿਣਗੇ ਕਿ ਇਹਨਾਂ ਦੇ ਫੰਕਸ਼ਨ ਜਿਹੜੇ ਨੇ ਤਿੰਨਾਂ ਦੇ ਕਿਹੜੇ-ਕਿਹੜੇ ਨੇ ਹੁਣ ਇਹਦੇ ਵਿੱਚ ਸਾਨੂੰ ਕਿਹਾ ਗਿਆ ਹੈ ਦੱਸੋ ਕਿ ਨੇਮ ਦਾ ਸੌਰੀ ਸਟੇਟ ਐਨੀ ਵਨ ਫੰਕਸ਼ਨ ਆਫ ਟੌਪ ਲੈਵਲ ਮੈਨੇਜਮੈਂਟ ਹੁਣ ਟੌਪ ਲੈਵਲ ਮੈਨੇਜਮੈਂਟ ਦਾ ਜਿਹੜਾ ਇੱਕ ਫੰਕਸ਼ਨ ਦੱਸਣਾ ਹੈ ਹਾ ਅਨਸਰ ਹੈ ਟੂ ਫਾਰਮੂਲੇਟ ਐਪਰੋਪਰੀਏਟ ਪਾਲਿਸੀ ਫੋਰ ਦਾ ਅਚੀਵਮੈਂਟ ਆਫ ਆਬਜੈਕਟਿਵ ਆਫ ਦਾ ਆਰਗੇਨਾਈਜੇਸ਼ਨ ਹੁਣ ਟੋਪ ਲੈਵਲ ਮੈਨੇਜਮੈਂਟ ਦਾ ਕੀ ਫੰਕਸ਼ਨ ਹੈ ਕਹਿੰਦੇ ਕਿ ਇਹ ਸੰਸਥਾ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਟੁਕਵੀਆਂ ਨੀਤੀਆਂ ਤਿਆਰ ਕਰਦੇ ਨੇ ਇਹ ਨੀਤੀਆਂ ਤਿਆਰ ਕਰਦੇ ਨੇ ਟੋਪ ਲੈਵਲ ਮੈਨੇਜਮੈਂਟ ਹੁਣ ਜਿਹੜਾ ਮਿਡਲ ਹੈ ਉਹਦੇ ਵਿੱਚ ਕੀ ਹੁੰਦਾ ਕਹਿੰਦੇ ਨੇ ਕਿ ਟੂ ਡਿਟਰਮਾਈਨ ਡਿਊਟੀ ਐਂਡ ਰਿਸਪੌਂਸਿਬਿਲਟੀ ਆਫ ਵੈਰੀਅਸ ਏਮਪਲੋਈ ਫੋਰ ਦਾ ਇਫੈਕਟਿਵ ਐਂਡ ਐਫੀਸ਼ੀਐਂਟ ਇੰਪਲੀਮੈਂਟੇਸ਼ਨ ਆਫ ਪਲਾਨਸ ਕਹਿੰਦੇ ਕਿ ਹੁਣ ਜਿਹੜਾ ਮਿਡਲ ਹੈ ਉਹਦਾ ਹੈਗਾ ਕਿ ਪ੍ਰਭਾਵਸ਼ਾਲੀ ਤੇ ਕੁਸ਼ਤਾ ਪੂਰਵਕ ਢੰਗ ਦੇ ਨਾਲ ਵੱਖ-ਵੱਖ ਕਰਮਚਾਰੀਆਂ ਦੇ ਕਰਤਵਾਂ ਤੇ ਜ਼ਿੰਮੇਵਾਰੀਆਂ ਦੀਆਂ ਯੋਜਨਾਵਾਂ ਨੂੰ ਲਾਗੂ ਕਰਨਾ ਇਹਦੇ ਵਿੱਚ ਜਿਹੜਾ ਟੋਪ ਲੈਵਲ ਹੈ ਉਹਦੇ ਵਿੱਚ ਪਾਲਸੀਆਂ ਬਣਾਈਆਂ ਜਾਂਦੇ ਨੀਤੀਆਂ ਫਿਰ ਦੂਜੇ ਦੇ ਵਿੱਚ ਡਿਊਟੀਆਂ ਦਿੱਤੀਆਂ ਜਾਂਦੀਆਂ ਨੇ ਠੀਕ ਹੈ ਸਾਰੇ ਵਰਕਰਸ ਨੂੰ ਅੱਛੇ ਤਰੀਕੇ ਨਾਲ ਫਿਰ ਹੁਣ ਤੀਜੇ ਵਿੱਚ ਕੀ ਆਇਆਗਾ ਕਹਿੰਦੇ ਕਿ ਇਹਦੇ ਵਿੱਚ ਹੈਗਾ ਲੋਅਰ ਲੈਵਲ ਮੈਨੇਜਮੈਂਟ ਵਿੱਚ ਕੀ ਫੰਕਸ਼ਨ ਹੈ ਟੂ ਪਲਾਨ ਰੂਟੀਨ ਐਕਟੀਵਿਟੀਆਂ ਇਨ ਅਕੋਰਡੈਂਸ ਵਿਦ ਦਾ ਡਾਇਰੈਕਸ਼ਨ ਆਫ ਮਿਡਲ ਲੈਵਲ ਮੈਨੇਜਮੈਂਟ ਮਨ ਜਿਹੜਾ ਸਭ ਤੋਂ ਹੇਠਲਾ ਹੈ ਮੱਧ ਵਰਗੀ ਜਿਹਨੂੰ ਲੋਅਰ ਕਹਿੰਦੇ ਨੇ ਕਹਿੰਦੇ ਕਿ ਇਸ ਮੈਨੇਜਮੈਂਟ ਦਾ ਉਦੇਸ਼ ਹੈਗਾ ਕਿ ਜਿਹੜੀ ਰੂਟੀਨ ਵਿੱਚ ਗਤੀਵਿਧੀਆਂ ਦੀ ਯੋਜਨਾ ਬਣਾਈ ਜਾਂਦੀ ਹੈ ਉਹਨਾਂ ਨੂੰ ਲਾਗੂ ਕਰਨਾ ਅੱਛੇ ਤਰੀਕੇ ਨਾਲ ਉਹਨਾਂ ਨੂੰ ਲਾਗੂ ਕਰਨਾ ਨੈਕਸਟ ਇਹੀ ਕਰਾਂਗੇ ਫਿੱਲ ਅਪ ਜਿਹਦੇ ਵਿੱਚ ਪਹਿਲੀ ਫਿੱਲ ਅਪ ਹੈਗੀ ਹੈ ਮੈਨੇਜਮੈਂਟ ਇਜ਼ ਅ ਡੈਸ਼ ਪ੍ਰੋਸੈਸ ਹਾਡਾਗਾ ਯੂਨੀਵਰਸਲ ਡੈਸ਼ ਲੈਵਲ ਆਫ ਮੈਨੇਜਮੈਂਟ ਕੰਸਿਸਟ ਆਫ ਸੁਪਰਵਾਈਜ਼ਰਸ ਹਾਡਾਗਾ ਆਪਰੇਸ਼ਨਲ ਫਿਰ ਹਗਾ ਡੈਸ਼ オਬਜੈਕਟਿਵ ਸਪੈਸੀਫਾਈ ਦਾ ਕਮਿਟਮੈਂਟ ਆਫ ਬਿਜ਼ਨਸ ਟੂਵਰਡ ਸੋਸਾਇਟੀ ਹਾਡਾਗਾ ਸੋਸ਼ਲ Fir management is the task of planning, executing, and dash haga controlling. Fir management is the oldest as uh, as an art and the youngest as a dash haga science. Fir dash is objective oriented manages. हाडा हैगा मैनेजमेंट फिर हैगा मैनेजमेंट इज ए कंपलैक्स एक्टिविटीज विच डैश डायनामेंसन डायमेंशन साडा गया मल्टीपल ठीक है डैश लैवल मैनेजमेंट डैट माइंड द ओबजैक्टिव ऑफ द ऑर्गनाइजे हडा गया टॉप लैवल मैनेजमेंट ठीक है फिर हाडा नाइन नंबर ते फिल्दा है केंद्र कि डैश इज़ द फस्ट फंक्शन ऑफ मैनेजमेंट हाडा हैगा प्लैनिंग फिर हैगा द ग्लोबल मैनेजर हैज़ टू एडजस्ट हिज फंक्शन अकॉर्डिंग टू द न्यू डैश हाडा की है न्यू चैलेंजस फिर हाँ ट्रू एंड फॉल्स आ जाता है मैनेजमेंट इज ए फैक्टर ऑफ प्रोडक्शन है ट्रू फिर गया मैनेजमेंट इज़ नॉट यूनिवर्सल बाय नेचर यह हैगा फॉल्स ठीक है यह हैगा फॉल्स मैनेजमेंट इज बोथ ए साइंस एज वेल एज एन आर्ट ए हैगा ट्रू फिर नेक्स्ट है ऑर्गेनाइजेशन आर एसलिबिस्ट दिस डू नॉट कम इन टू द एगजिस्टेंस एट दियर ऑन हैड हैगा ट्रू फिर अगर फंक्शन ऑफ मैनेजमेंट आर इंडिपेंडेंट ऑफ वन अदर ਹਾਂ ਡਾ ਹੈਗਾ ਫਾਲਸ ਫਿਰ ਹੈਗਾ ਮੈਨੇਜਮੈਂਟ ਇਜ਼ ਨੀਡੇਡ ਐਟ 올 ਦਾ ਲੈਵਲ ਆਫ ਆਰਗੇਨਾਈਜੇਸ਼ਨ ਇਹ ਹੈਗਾ ट्रू ਫਿਰ ਹੈਗਾ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਆਇਸ ਸਿਨੋਨਿਮਸ ਡੈਸ਼ ਇਹ ਹੈਗਾ ਫਾਲਸ ਠੀਕ ਹੈ ਫਿਰ ਹਰਡੇ ਆ ਜਾਂਦੇ ਨੇ ਐਮਸੀਕਿਊ ਜਿਹਦੇ ਵਿੱਚ ਅਸੀਂ ਲਿਖਾਂਗੇ ਕਹਿੰਦਾ ਕਿ ਐਟ ਦਾ ਲੈਵਲ ਆਫ ਮੈਨੇਜਮੈਂਟ ਆਰ ਪੋਲਿਸੀਜ਼ ਫਾਰਮੂਲੇਟਿਡ ਹਾਂ ਡਾ ਹੈਗਾ ਏ ਟੌਪ ਲੈਵਲ ਮੈਨੇਜਮੈਂਟ फिर हाँ नैक्सट आ जाता है कि एट द लैवल ऑफ मैनेजमेंट इज़ फाइनैंस मैनेजर इनक्ल्यूड हडा गया बी मिडल लैवल मैनेजमेंट हडा क्या आएगा मिडल लैवल मैनेजमेंट फिर अगर मैनेजमेंट मैनेजमेंट इज़ द आर्ट ऑफ गिटिंग थिंग्स डन थ्रू अदरस विच अप्रोच ऑफ मैनेजमेंट इज दिस हडा हैगा टीशनल मैनेजमेंट ए ऑप्शन नेक्स्ट है एवरी ऑर्गेनाइजेशन स्ट्राइव टू अर्न प्रॉफिट इट इज़ ऑब्जेक्टिव ऑफ विच टाइप हडा हैगा बी ऑर्गेनाइजेशनल ऑब्जेक्टिव ठीक है फिर नेक्स्ट है मैनेजमेंट इज डैश की है हडाएगा सी बोथ ए साइंस एंड एन आर्ट ठीक है फिर केंद्र कि मैनेजमेंट इज डैश हडा है बी एन इन इन एग्जैक्ट साइंस इन एग्जैक्ट मतलब अटुकवी साइंस है ठीक है फिर नेक्स्ट आ जाता है मैनेजमेंट इज ए डायनामिक फंक्शन एंड इट इज डैश हाडा इंटेंजिबल, ठीक है इंटेंजिबल? नेक्स्ट है मैनेजमेंट इज इनशल इन एवरी हाडा सी ऑर्गेनाइज्ड ग्रुप फिर है मैनेजमेंट एम एट अचीविंग हाडा है सीडे केफिशेंसी ਔਰ ਇਫੈਕਟਿਵ ਸੀ ਵਿੱਚ ਆਣਗੇ ਬੋਥ ਏ ਐਂਡ ਬੀ ਨੈਕਸਟ ਹੈਗਾ ਹਡਾ ਮੈਨੇਜਮੈਂਟ ਸ਼ੁੱਡ ਬੀ ਕਨਸੀਡਰਡ ਐਜ਼ ਡੈਸ਼ ਹਡਾ ਹੈਗਾ ਇਹਦੇ ਵਿੱਚ ਬੀ ਡਿਵੈਲਪਿੰਗ profession profession ਠੀਕ ਹੈ ਬੇਟਾ ਇੱਥੋਂ ਤੱਕ ਤੂੰ ਇਹ ਕਰ ਲੋ ਤੇ ਨੈਕਸਟ ਅਸੀਂ ਵੀਡੀਓ ਦੇ ਵਿੱਚ ਜਿਹੜਾ ਅਸੀਂ ਲੈਸਨ ਕੀਤਾ ਹੋਇਆ ਸੈਕਿੰਡ ਸਟਾਰਟ ਉਹਦੇ ਲੌਂਗ ਕੁਐਸਚਨ ਆਨਸਰ ਕਰ ਲੈਂਦੇ ਤੇ ਫਿਰ ਉਹਦੇ ਸ਼ਾਰਟ ਕਵਰਸ਼ਨ ਆਨਸਰ ਤੇ ਵੈਰੀ ਸ਼ਾਰਟ ਕੁਐਸਚਨ ਆਨਸਰ ਕਰਾਂਗੇ ਜਿਹੜਾ ਕਿ 1 ਨੰਬਰ ਦੇ ਔਰ ਦੋ ਨੰਬਰ ਦੇ ਤੇ ਫੋਰ ਨੰਬਰ ਦੇ ਹੋਣਗੇ ਠੀਕ ਹੈ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇ